हेलो जी, सत श्री अकाल जी सारिया नू। किवें हो जी सारे? उम्मीद करदी हां कि तुसी वधिया होगे, ठीक ठाक होगे। तुहाडा सारिया दा मेरे चैनल ते बहुत बहुत स्वागत है जी आया नू जी। ते अज दी वीडियो दी शुरुआत कर रहे हैं आपां सवेर तो जी, मॉर्निंग टाइम तो। टाइम हो गया 6:15 दा, ते आपां सवेरे सवेरे पानी आ जांदा, ते आपां कर रहे हैं फ्रिज साफ। अज तुहानू पता है कि पिछे भी मैं वीडियो तुहाडे नाल शेयर की सी कि मैं क्लीनिंग की सी, घर की भी करती सी, ते किचन की भी आपां क्लीनिंग की सी, ते फ्रिज रह गई सी साफ करन नू। ते वह सोचा कि चलो हुण कर दिंदे आ। वैसे भी बहुत गर्मी हुंदी है, बाद च तां दिल नहीं करदा कोई काम कार करन नू। ते सोचा चलो सवेरे उठ के ही आपां जदों पानी आउंदा ते उदों आपां बाहर कढ के ते आपां साफ करती। हुण इह महक दे पापा ने नाल मेरे लग के क्लीनिंग करवाती सी, ते हुण इह कहिंदे चलो मैं सुक्का कपड़ा मार देना। ते इस करके आपां रल मिल के आपां सारा काम कार कर लैंदे हुंदे आ। चलो जी, हुण फ्रिज साफ कर दित्ती है, ते बाकी भी जिहड़े फ्रिज दा जो अंदर अपने ट्रेस वगैरह हुंदे ने उह भी आपां धो के रख लैने मंजे ते। ते उह हुण आपां कपड़े नाल उहनूं पूंझ के सवार के ते विच आपां रख दांगे, ते फ्रिज ला दांगे अंदर किचन 'च जिथे आपां जिथों चक्की सीगी। अज की वीडियो थोड़े नाल मैं यही शेयर कर मॉर्निंग तो स्टार्टिंग की। जे तुसी मेरे चैनल पर पहली बार आए हो तो प्लीज़ सबसक्राइब करके जाना मेरे चैनल नू। जे तुसी वीडियो नू थोड़ा जे आपां देख ही रहे हैं तो प्लीज़ पूरी एंड तक जरूर देखो मेरी वीडियो नू। लो जी, आपां फ्रिज भी अंदर ला के हुण आपां सैटिंग कर दिंदे आ, ते फिर अपना इहदे विच जो भी समान आपां कढ़िया सीगा बाहर ਤੇ ਉਹ ਆਪਾਂ ਵਿੱਚ ਰੱਖ ਦੇਣਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਏ। ਤੇ ਹੁਣ ਤਾਂ ਸਮਾਨ ਵੈਸੇ ਬਾਹਰ ਰੱਖ ਦੋ ਤੇ ਖਰਾਬ ਹੋ ਜਾਂਦਾ, ਕੋਈ ਵੀ ਦੁੱਧ ਵਗੈਰਾ ਤੇ ਪਾਣੀ ਵਗੈਰਾ ਵੀ ਠੰਡਾ ਆਪਾਂ ਬੋਤਲ ਵਗੈਰਾ ਵਿੱਚ ਰੱਖ ਦਿੰਦੇ ਹਾਂ। ਹੋਰ ਵੀ ਸਬਜ਼ੀਆਂ ਨੇ, ਟਮਾਟਰ ਜਿਵੇਂ ਹੋਰ ਕਈ ਸਮਾਨ ਨੇ, ਉਹ ਆਪਾਂ ਹੁਣ ਫਰਿੱਜ 'ਚ ਲਾ ਦੇਣੀ। चलो जी, अज आप चलते हैं नाल दे गवांडियां दे घर। मैं कहा चलो अज आप घूम फिर आईए, आप गल्लां बातां मार आईए बह के उत्थे जाके। पहला भी मैं वीडियो पाई है अपने गवांडियां दे घर दी, ते ओ आपां मैं कहा चलो अज आप फिर चले जाने हैं, ते उत्थे बह जाने हैं, ते उत्थे बैठे आप मैनूं वधिया लगे व्यूज। चलो मैं अपनी वीडियो दोबारा मैं उत्थों दी वीडियो शूट कर ली। ਅਤੇ ਬਹੁਤ ਵਧੀਆ ਇਹਨਾਂ ਦੀ ਵੱਡੀ ਹਵੇਲੀ ਹੈ, ਕਾਫੀ ਵਧੀਆ ਇਹ। ਇੱਧਰ ਹਵੇਲੀ ਹੈ ਅਤੇ ਉੱਧਰਲੀ ਸਾਈਡ ਇਹਨਾਂ ਦਾ ਘਰ ਹੈ, ਅਤੇ ਇੱਥੇ ਆਹ ਵਾਲੀ ਸਾਈਡ ਇਹਨਾਂ ਦਾ ਘਰ ਹੈ। ਪਿੱਛੇ ਵੀ ਖੇਤ ਨੇ, ਨਾਲ ਹੀ ਘਰ ਨੇ ਸਾਡੇ, ਤਿੰਨ ਚਾਰ ਆਪਣੇ ਆਪਣੇ ਸਾਡੇ ਆਪਣੇ ਘਰ ਨੇ ਇਹ। ਅਤੇ ਆਹ ਇਹਨਾਂ ਦਾ ਇੱਧਰ ਘਰ ਹੈ, ਪਹਿਲਾਂ ਹਵੇਲੀ ਹੈ, ਗੇਟ 'ਚ ਵੜਦੇ ਹਾਂ ਅਤੇ ਇੱਧਰ ਘਰ ਹੈ ਇਹਨਾਂ ਦਾ, ਅਤੇ ਇਹ ਕਵਰ ਕੀਤਾ ਹੋਇਆ। ਅਤੇ ਇੱਧਰ ਇਹਨਾਂ ਦਾ ਚੌਂਕਾ ਹੈ, ਅੰਦਰ ਵੀ ਕਿਚਨ ਨੇ ਬਾਹਰ ਵੀ ਕਿਚਨ ਨੇ। ਮਤਲਬ ਗਰਮੀ ਦੇ ਹਿਸਾਬ ਨਾਲ ਇਹ ਬਾਹਰ ਕਰ ਲੈਂਦੇ ਨੇ, ਅਤੇ ਜੇ ਠੰਡ ਹੁੰਦੀ ਹੈ ਤਾਂ ਅੰਦਰ ਕਰ ਲੈਂਦੇ ਨੇ ਇਹ ਕੰਮ ਕਾਰ। ਬਾਹਰ ਵੀ ਆਪਣਾ ਮਤਲਬ ਜਦੋਂ ਸ਼ਾਮ ਦਾ ਟਾਈਮ ਹੁੰਦਾ ਤਾਂ ਬਾਹਰ ਕਰ ਲੈਂਦੇ ਨੇ ਰੋਟੀ ਪਾਣੀ ਦਾ, ਕਦੇ ਅੰਦਰ ਕਰ ਲੈਂਦੇ ਨੇ। ਦੋ ਕਿਚਨ ਨੇ ਅਤੇ ਆਪਣਾ ਇਹਨਾਂ ਦਾ ਚੌਂਕਾ ਬਣਾਇਆ ਹੋਇਆ। ਅਤੇ ਇੱਧਰ ਆਪਣੇ ਪਿੱਛੇ ਕਾਫੀ ਮਤਲਬ ਅੰਬ ਦੇ ਬੂਟਾ ਲੱਗਿਆ ਹੋਇਆ, ਅੰਬੀਆਂ ਵੀ ਲੱਗੀਆਂ ਹੋਈਆਂ ਨੇ, ਪਰ ਹੁਣ ਤਾਂ ਬਹੁਤ ਘੱਟ ਹੈ ਕਿਉਂਕਿ ਬੂਰ ਬਹੁਤ ਝੜ ਚੁੱਕੇ ਆ। ਹਰੇਕ ਫਲ ਫਰੂਟ ਦਾ ਜਿਹੜਾ ਵੀ ਫਲ ਲੱਗਿਆ ਹੋਇਆ ਸੀਗਾ, ਬੂਰ ਲੱਗਿਆ ਸੀਗਾ, ਉਹ ਝੜਿਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਹਨੇਰੀਆਂ ਮੀਂਹ ਬਹੁਤ ਜ਼ਿਆਦਾ ਆਏ ਨੇ ਇਸ ਵਾਰੀ। ਅਤੇ ਹੁਣ ਇਹ ਵੀ ਬੂਟਾ ਜਿਹੜਾ ਹੈ ਨਾ ਲੱਗਿਆ ਕਾਫੀ ਵੱਡਾ ਵੱਡਾ ਦਰਖਤ ਇਹ, ਅਤੇ ਇੱਥੇ ਮਤਲਬ ਅੰਬੀਆਂ ਵੀ ਥੋੜ੍ਹੀਆਂ ਘੱਟ ਹੀ ਲੱਗੀਆਂ ਹੋਈਆਂ ਨੇ। ਕੁਝ ਕਿਤੇ ਕਿਤੇ ਟਾਵੀਆਂ ਟਾਵੀਆਂ ਲੱਗੀਆਂ ਹੋਈਆਂ ਨੇ ਅੰਬ ਇਹਨਾਂ ਦਾ ਕਾਫੀ। ਵੈਸੇ ਤਾਂ ਬਹੁਤ ਜ਼ਿਆਦਾ, ਪਹਿਲਾਂ ਤਾਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ, ਹੁਣ ਇਸ ਵਾਰ ਤਾਂ ਸਾਰੇ ਫਲ ਵੀ ਝੜ ਚੁੱਕੇ ਆ ਕਿਉਂਕਿ ਹਨੇਰੀ ਮੀਂਹ ਤਾਂ ਮੌਸਮ ਤੋਂ ਪਹਿਲਾਂ ਹੀ ਆ ਗਏ ਨੇ। ਹੁਣ ਤਾਂ ਅੱਗੇ ਤਾਂ ਹਨੇਰੀਆਂ ਤਾਂ ਕਾਫੀ ਆਉਂਦੀਆਂ ਹੁੰਦੀਆਂ ਨੇ, ਪਰ ਇੰਨੀਆਂ ਨਹੀਂ ਜਿੰਨੀਆਂ ਇਸ ਵਾਰੀ ਆਈਆਂ ਨੇ ਆ ਕਰੋਨਾ ਵਾਇਰਸ ਕਰਕੇ। ਅਤੇ ਆਪਣਾ ਜਦੋਂ ਇਹ ਲੋਕਡਾਊਨ ਰਿਹਾ ਹੈ ਅਤੇ ਉਹਦੇ ਕਰਕੇ ਮਤਲਬ ਮੌਸਮ ਬਹੁਤ ਵਧੀਆ ਸਾਫ਼ ਸੁਥਰਾ ਰਿਹਾ ਹੈ, ਕੋਈ ਇੰਨੀ ਪੋਲਿਊਸ਼ਨ ਨਹੀਂ ਸੀ ਹੈਗਾ, ਇਸ ਕਰਕੇ ਵਧੀਆ ਸਾਫ਼ ਸੁਥਰਾ ਮੌਸਮ ਰਿਹਾ ਹੈ। ਇਸ ਕਰਕੇ ਨਾ ਪਹਿਲਾਂ ਹੀ ਮਤਲਬ ਮੌਨਸੂਨ ਪਹਿਲਾਂ ਹੀ ਆ ਗਏ ਨੇ ਇਸ ਵਾਰੀ, ਨਹੀਂ ਤਾਂ ਜੂਨ ਮਹੀਨੇ 'ਚ ਬਹੁਤ ਘੱਟ ਹੀ ਆਪਣੇ ਮੀਂਹ ਪੈਂਦੇ ਸੀਗੇ।
ਹੁਣ ਦੇਖੋ ਜੀ ਜੂਨ 'ਚ ਵੀ ਮੀਂਹ ਪਾਏ ਨੇ ਉਹੀ ਇਹਨਾਂ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਮੀਂਹ ਦੀ ਉਦੋਂ ਤਾਂ ਮੀਂਹ ਪੈਣਾ ਨਹੀਂ ਹੁੰਦਾ ਜਦੋਂ ਨਹੀਂ ਲੋੜ ਹੁੰਦੀ ਉਦੋਂ ਮੀਂਹ ਪਈ ਜਾਂਦਾ ਮਾਰਚ ਦੇ ਵਿੱਚ ਵੀ ਕਾਫੀ ਮੀਂਹ ਪਿਆ ਇਸ ਵਾਰੀ ਤਾਂ ਵਾਹਵਾ ਠੰਡਕ ਹੀ ਠੰਡਕ ਰਹੀ ਹੈ ਹੁਣ ਜੀ ਆ ਕੇ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਵੀ ਹੁਣ 3-4 ਦਿਨਾਂ ਤੋਂ ਕਾਫੀ ਗਰਮੀ ਹੈ ਬਟ ਆਸੇ ਪਾਸੇ ਤਾਂ ਕਈ ਜਗ੍ਹਾ 'ਤੇ ਮੀਂਹ ਪੈ ਰਿਹਾ ਬਹੁਤ ਅਤੇ ਆਹ ਦੇਖੋ ਜੀ ਪਿੱਛੇ ਦਾ ਇਹਨਾਂ ਦਾ ਵਿਊ ਹੈ ਤੁਹਾਨੂੰ ਪਤਾ ਹੀ ਹੈ ਜੀ ਪਿੰਡਾਂ ਦੇ ਵਿੱਚ ਆਪਾਂ ਜਦੋਂ ਵਿਹਲੇ ਹੁੰਦੇ ਹਾਂ ਘਰ ਦੇ ਵਿੱਚ ਤਾਂ ਐਂ ਹੁੰਦਾ ਚਲੋ ਆਪਾਂ ਕਿਸੇ ਦੇ ਘਰ ਜਾ ਕੇ ਆਪਾਂ ਬਹਿ ਆਈਏ ਘੜੀ ਦੋ ਗੱਲਾਂ ਮਾਰ ਆਈਏ ਪਿੰਡਾਂ ਵਿੱਚ ਤਾਂ ਐਵੇਂ ਹੀ ਹੁੰਦਾ ਜੀ ਜਿਹੜੇ ਆਪਣੇ ਪਿੰਡਾਂ ਤੋਂ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਜਿਹੜੇ ਪਿੰਡਾਂ ਤੋਂ ਸ਼ਹਿਰ 'ਚ ਚਲੇ ਗਏ ਨੇ ਉਹਨਾਂ ਨੂੰ ਵੀ ਪਤਾ ਹੀ ਜੀ ਇਹ ਕਿਉਂਕਿ ਇੱਕ ਦੂਜੇ ਦੇ ਘਰ ਆਪਾਂ ਚਲੇ ਜਾਂਦੇ ਹਾਂ ਥੋੜ੍ਹਾ ਜਿਹਾ ਟਾਈਮ ਸਪੈਂਡ ਹੋ ਜਾਂਦਾ ਸਾਰਾ ਦਿਨ ਆਪਾਂ ਘਰ ਰਹਿੰਦੇ ਹਾਂ ਅਤੇ ਇੱਧਰ ਨੇ ਇਹ ਮਾਤਾ ਜੀ ਨੇ ਮਤਲਬ ਮੇਰੇ ਤਾਂ ਦੀਦੀ ਲੱਗਦੇ ਨੇ ਅਤੇ ਇਹ ਮਤਲਬ ਬਜ਼ੁਰਗ ਨੇ ਤਾਂ ਕਾਫੀ ਕੰਮ ਕਾਰ ਕਰਦੇ ਨੇ ਇਹ ਵੀ ਚੁੱਲ੍ਹੇ ਚੌਂਕੇ ਦਾ ਵੀ ਕਰ ਲੈਂਦੇ ਨੇ ਆਪਣੇ ਡੰਗਰਾਂ ਦਾ ਤੁਹਾਡੇ ਨਾਲ ਮੈਂ ਪਹਿਲਾਂ ਵੀ ਮੈਂ ਵੀਡੀਓ ਸ਼ੇਅਰ ਕੀਤੀ ਹੈ ਕਿ ਇਹ ਡੰਗਰਾਂ ਦਾ ਕੰਮ ਮਤਲਬ ਇਹ ਇਕੱਲੇ ਹੀ ਸੰਭਾਲਦੇ ਨੇ ਨਾਲ ਭਾਜੀ ਉਹ ਕਰ ਲੈਂਦੇ ਨੇ ਕੰਮ ਅਤੇ ਇਹ ਹੁਣ ਬਾਹਰ ਦਾ ਕੰਮ ਆਪਣਾ ਚੁੱਲ੍ਹੇ ਚੌਂਕੇ ਦਾ ਕਰ ਲੈਣਗੇ ਜਿੰਨਾ ਵੀ ਮਤਲਬ ਅੱਜ ਤਾਂ ਸ਼ਾਇਦ ਇਹਨਾਂ ਨੇ ਅੰਦਰ ਹੀ ਕਿਚਨ 'ਚ ਰੋਟੀ ਬਣਾਉਣੀ ਹੈ ਕਿੰਨਾ ਵਧੀਆ ਲੱਗਦਾ ਹੈ ਜਦੋਂ ਮਤਲਬ ਜੁਆਇੰਟ ਫੈਮਿਲੀ ਹੁੰਦੀ ਹੈ ਅਤੇ ਸਾਰੇ ਇਕੱਠੇ ਰਹਿੰਦੇ ਨੇ ਅਤੇ ਇਕੱਠੇ ਕੰਮ ਕਾਰ ਕਰਦੇ ਨੇ ਕਿਸੇ ਨੇ ਆਟਾ ਗੁੰਨ ਲਿਆ ਕਿਸੇ ਨੇ ਦਾਲ ਧਰ ਲਈ ਕਿਸੇ ਨੇ ਸਬਜ਼ੀ ਕੱਟ ਲਈ ਕਿਸੇ ਨੇ ਤੜਕਾ ਕਿਸੇ ਦੀ ਧਾਰਾਂ ਕੱਢ ਲਈਆਂ ਸਾਰੇ ਰਲ ਮਿਲ ਕੇ ਟਾਈਮ ਆਪਣਾ ਪਾਸ ਹੋ ਜਾਂਦਾ ਸਭ ਦਾ ਨਾਲੇ ਕੰਮ ਨਿਬੜ ਜਾਂਦਾ ਅਤੇ ਨਾ ਹੀ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕਿੰਨਾ ਕੰਮ ਕਰਿਆ ਸਾਰੇ ਮਤਲਬ ਆਪੋ ਆਪਣੇ ਕੰਮਾਂ 'ਤੇ ਲੱਗੇ ਰਹਿੰਦੇ ਨੇ ਵਧੀਆ ਲੱਗਦਾ ਜੁਆਇੰਟ ਫੈਮਿਲੀ ਜਿਹੜੇ ਸੈਪਰੇਟ ਹੁੰਦੀਆਂ ਨੇ ਫੈਮਿਲੀਜ਼ ਜਿਵੇਂ ਆਪਾਂ ਹੀ ਆ ਜਿਵੇਂ ਇਕੱਲੇ ਇਕੱਲੇ ਰਹਿੰਦੇ ਹਾਂ ਉਹਨਾਂ ਦਾ ਮਾੜਾ ਜਿਹਾ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਕਿਉਂਕਿ ਇਕੱਲੇ ਹੀ ਉਹਨਾਂ ਨੇ ਕੰਮ ਕਾਰ ਕਰਨੇ ਹੁੰਦੇ ਨੇ ਪਰ ਇਕੱਲੇ ਵੀ ਕੰਮ ਬਹੁਤ ਜ਼ਿਆਦਾ ਕਈ ਮਤਲਬ ਘਰ ਇਹੋ ਜਿਹੇ ਨੇ ਇਕੱਲੇ ਹੀ ਬਹੁਤ ਸਾਰਾ ਇਹੋ ਜਿਹਾ ਕੰਮ ਸੰਭਾਲ ਲੈਂਦੇ ਨੇ ਬੜਾ ਵਧੀਆ ਲੱਗਦਾ ਆਹ ਜਿਹੜਾ ਵਿਊ ਹੈ ਇਹ ਕੋਠੇ ਤੋਂ ਉੱਪਰੋਂ ਲਿਆ ਗਿਆ ਇਹ ਕੋਲੀ ਸੜਕੇ ਕਿੰਨੀ ਵਧੀਆ ਲੱਗਦੀ ਇਹ ਦੂਰੋਂ ਮਤਲਬ ਸ਼ੂਟ ਕਰਕੇ ਕਿੰਨਾ ਵਧੀਆ ਲੱਗਦਾ ਹਰਿਆਲੀ ਹਰਿਆਲੀ ਹੈ ਸਾਰੇ ਪਾਸੇ ਅਤੇ ਅੱਜ ਕੱਲ੍ਹ ਤਾਂ ਵੈਸੇ ਵੀ ਹਰਿਆਲੀ ਹਰਿਆਲੀ ਹੁੰਦੀ ਹੈ ਚਾਰੋ ਤਰਫ ਆਪਾਂ ਜਦੋਂ ਨਿਗਾਹ ਮਾਰਨੇ ਹਾਂ ਤਾਂ ਵਧੀਆ ਲੱਗਦਾ ਇਹ ਵਿਊ ਚਲੋ ਜੀ ਇਸ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਜੀ ਹੁਣ ਆਪਾਂ ਘਰ ਚੱਲਦੇ ਹਾਂ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਬੈਠੇ ਹਾਂ ਔਰ ਘਰ ਜਾ ਕੇ ਵੀ ਕੰਮ ਕਾਰ ਕਰਨਾ ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਥੋੜ੍ਹੀ ਜਿਹੀ ਵੀਡੀਓ ਚੰਗੀ ਲੱਗੇ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਜੇ ਕੋਈ ਜੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਚਲੋ ਜੀ ਇਸ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਜੀ ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਅਤੇ ਨਵੀਂ ਸਵੇਰ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ